हेलो दोस्तों, स्वागत है तुहाडा एग्जाम स्टडी विच। अगला पार्ट पीटेट स्टडी का लेके आए हैं। इस तो पहले जो कई पार्ट ने जो प्रोवाइड कर दिए गए ने, 6वीं तो 10वीं किताबों में ये प्रश्न लाए गए ने जो अक्सर पीटेट विच ज़्यादातर आते हैं। वीडियो स्टार्ट करने तो पहले जेकर तुम साडे चैनल को सबसक्राइब नहीं किया तो चैनल को सबसक्राइब जरूर करो ता जो सब तो पहला तुम्हें नोटिफिकेशन मिल सके। तो चलो जी स्टार्ट करते हैं अगला पार्ट। पहला प्रश्न है, कुदरत जां मनुख द्वारा बनाए गए ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਜਾਂ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਹਿੰਦੇ ਹਨ ਸਾਧਨ। ਅਗਲਾ ਪ੍ਰਸ਼ਨ ਹੈ, ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਿਹਾ ਜਾਂਦਾ ਹੈ ਜੀ ਮਨੁੱਖੀ ਸਾਧਨ। ਅਗਲਾ ਪ੍ਰਸ਼ਨ ਹੈ, ਸਾਨੂੰ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਘੋਗੇ, ਸਿੱਪੀਆਂ ਅਤੇ ਹੀਰੇ, ਜਵਾਹਰਾਤ ਆਦਿ ਕਿੱਥੋਂ ਪ੍ਰਾਪਤ ਹੁੰਦੇ ਹਨ? ਇਹ ਹੁੰਦੇ ਹਨ ਜੀ ਸਮੁੰਦਰ ਵਿੱਚੋਂ। ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ? ਉਹ ਦੇਸ਼ ਹੈ ਜੀ ਜਪਾਨ, ਜਿਹਦੇ ਕੋਲ ਸਾਧਨਾਂ ਦੀ ਘਾਟ ਸੀ ਫਿਰ ਵੀ ਉਸਨੇ ਤਰੱਕੀ ਕੀਤੀ ਹੈ ਜਪਾਨ ਨੇ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਹਾਲੇ ਤੱਕ ਉਹਨਾਂ ਦੀ ਕੋਈ ਵਰਤੋਂ ਨਹੀਂ ਹੋਈ, ਉਹ ਸਾਧਨ ਕੀ ਅਖਵਾਉਂਦੇ ਹਨ ਜਾਂ ਕਿਹੜੇ ਅਖਵਾਉਂਦੇ ਹਨ? ਉਹ ਅਖਵਾਉਂਦੇ ਹਨ ਸੁਭਾਵਿਕ ਸਾਧਨ, ਪੈਟਰੋਲੀਅਮ, ਕੋਲਾ, ਅਬਰਕ, ਮੈਗਨੀਜ਼। ਇਸ ਤਰ੍ਹਾਂ ਦੇ ਖਣਿਜ ਪਦਾਰਥ ਹਨ, ਇਹ ਨੇ ਜੀ ਅਧਾਤੂ ਖਣਿਜ ਪਦਾਰਥ। ਇਹ ਸਾਇੰਸ ਨਾਲ ਰਿਲੇਟਡ ਕੁਐਸਚਨ ਨੇ ਕੁਛ ਇਹਦੇ ਵਿੱਚ। ਧਾਤੂ ਖਣਿਜ ਪਦਾਰਥ ਕਿਹੜੇ ਕਿਹੜੇ ਹਨ? ਲੋਹਾ, ਤਾਂਬਾ, ਚਾਂਦੀ, ਸੋਨਾ ਅਤੇ ਐਲੂਮੀਨੀਅਮ। ਇਹ ਹੈ ਜੋ ਧਾਤੂ ਖਣਿਜ ਪਦਾਰਥ ਨੇ। ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਹੜੀ ਮੂਲ ਚਟਾਨਾਂ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖ ਬੂਟਿਆਂ ਆਦਿ ਦੇ ਗਲਣ, ਸੜਨ ਆਦਿ ਕਾਰਨ ਬਣੀ ਹੈ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਮਿੱਟੀ ਜੀ। ਅਜਿਹੇ ਸਾਧਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ ਅਤੇ ਇੱਕ ਵਾਰੀ ਖਤਮ ਹੋਣ 'ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ ਨੂੰ ਕੀ ਕਿਹਾ ਜਾਂਦਾ ਹੈ? ਉਹਨੇ ਜੀ ਮੁੱਕਣਯੋਗ ਸਾਧਨ। ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਿਸ ਸਾਧਨ ਦੇ ਉੱਪਰ ਕਰਦਾ ਹੈ? ਉਹ ਕਰਦਾ ਜੀ ਭੂਮੀ ਉੱਪਰ। ਜਦੋਂ ਵੀ ਕੋਈ ਖਣਿਜ ਤੇਲ ਦਾ ਖੂਹ ਖੋਦਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕਿਹੜੀ ਗੈਸ ਇਕੱਠੀ ਹੋਈ ਮਿਲਦੀ ਹੈ? ਇਹ ਮਿਲਦੀ ਹੈ ਜੀ ਕੁਦਰਤੀ ਗੈਸ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ? ਇਹ ਮਿਲਦਾ ਜੀ ਕਰਨਾਟਕ ਰਾਜ ਵਿੱਚ, ਜੋ ਭਾਰਤ ਵਿੱਚ ਹੈ ਅਤੇ ਸਭ ਤੋਂ ਵੱਧ ਸੋਨਾ ਮਿਲਦਾ ਹੈ। ਸੰਸਾਰ ਵਿੱਚ ਸਭ ਤੋਂ ਵੱਧ ਕੁਦਰਤੀ ਗੈਸ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਉਹ ਹੈ ਜੀ ਸੰਯੁਕਤ ਰਾਜ ਅਮਰੀਕਾ, ਜੋ ਸਭ ਤੋਂ ਵੱਧ ਕੁਦਰਤੀ ਗੈਸ ਪੈਦਾ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦਾ ਕਰਨ ਵਾਲੇ ਦੇਸ਼ ਦਾ ਨਾਮ? ਉਹ ਵੀ ਸੰਯੁਕਤ ਰਾਜ ਅਮਰੀਕਾ ਜੀ, ਕੁਦਰਤੀ ਗੈਸ ਅਤੇ ਕੋਲਾ, ਇਹ ਦੋ ਚੀਜ਼ਾਂ। ਯੂਰੇਨੀਅਮ, ਥੋਰੀਅਮ, ਬੇਰੀਅਮ, ਲਿਥੀਅਮ ਕਿਸ ਪ੍ਰਕਾਰ ਦੇ ਖਣਿਜ ਹਨ? ਇਹ ਨੇ ਜੀ ਪਰਮਾਣੂ ਖਣਿਜ। ਭਾਰਤ ਪੂਰੇ ਸੰਸਾਰ ਦੀ ਕਿੰਨੀ ਪਣ ਬਿਜਲੀ ਪੈਦਾ ਕਰਦਾ ਹੈ? ਇਹ ਕਰਦਾ ਜੀ 1%। ਪੂਰੇ ਸੰਸਾਰ ਦੀ ਭਾਰਤ ਹੈ ਜੋ ਇੱਕ ਪਣ ਬਿਜਲੀ ਹੈ ਜੋ 1% ਪੈਦਾ ਕਰਦਾ ਹੈ। ਚਾਹ, ਕੌਫੀ, ਕੋਕੋ ਕਿਸ ਕਿਸਮ ਦੀਆਂ ਫਸਲਾਂ ਹਨ? ਇਹ ਨੇ ਜੀ ਪੇ ਫਸਲਾਂ। ਅਗਲਾ ਕੁਐਸਚਨ ਹੈ, ਤੁਹਾਡੇ ਆਪਣੇ ਪਿੰਡ ਜਾਂ ਸ਼ਹਿਰ ਦੇ ਦੁਆਲੇ ਪਾਏ ਜਾਂਦੇ ਫਲਾਂ ਦੇ ਨਾਮ?
ਤਾਂ ਨੋਰਮਲੀ ਕੁਐਸਚਨ ਹੈ, ਇਸ ਕਰਕੇ ਇਹਦਾ ਆਨਸਰ ਹੋਣੀ। ਪ੍ਰਸ਼ਨ ਨੰਬਰ 3 ਹੈ, ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲੇ ਦੇਸ਼ਾਂ ਦਾ ਨਾਮ, ਇਹ ਚੀਨ ਹੈ ਜੀ। ਮੌਕੇ ਦੇ ਪੌਦੇ ਦੀ ਉਤਪਤੀ ਕਿਹੜੇ ਦੇਸ਼ ਤੋਂ ਹੋਈ ਹੈ? ਇਹ ਹੋਈ ਹੈ ਜੀ ਸੰਯੁਕਤ ਰਾਜ ਅਮਰੀਕਾ ਤੋਂ। ਜੋ ਮੱਕੀ ਦਾ ਪੌਦਾ ਹੈ ਇਹ ਵੀ ਸੰਯੁਕਤ ਰਾਜ ਅਮਰੀਕਾ ਤੋਂ ਹੋਈ ਹੈ। ਅਤੇ ਕੁਦਰਤੀ ਗੈਸ ਇਹ ਵੀ ਸਭ ਤੋਂ ਵੱਧ ਹੈ ਜੋ ਪੈਦਾ ਕਰਦਾ ਹੈ ਸੰਯੁਕਤ ਰਾਜ ਅਮਰੀਕਾ ਹੈ। ਕੋਲਾ ਵੀ ਹੈ ਜੋ ਸੰਯੁਕਤ ਰਾਜ ਅਮਰੀਕਾ ਪੈਦਾ ਕਰਦਾ ਹੈ ਸਭ ਤੋਂ ਵੱਧ, ਇਹ 3 ਚੀਜ਼ਾਂ ਨੇ। ਕਣਕ ਦੀ ਪੈਦਾਵਾਰ ਲਈ ਸੰਸਾਰ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ? ਇਹ ਹੈ ਜੀ ਦੂਸਰਾ ਸਥਾਨ। ਭਾਰਤ ਦਾ ਕਿਹੜਾ ਰਾਜ ਪਟਸਨ ਦੀ ਪੈਦਾਵਾਰ ਵਿੱਚ ਪਹਿਲੇ ਸਥਾਨ 'ਤੇ ਹੈ? ਉਹ ਹੈ ਜੀ ਪੱਛਮੀ ਬੰਗਾਲ। ਟ੍ਰਿਕ ਵੀ ਬਣਾ ਸਕਦੇ ਹੋ, ਪਟਸਨ ਪੱਛਮੀ ਬੰਗਾਲ ਦੋਨੇ ਪੱਪੇ ਨਾਲ ਹੀ ਚੱਲਦੇ ਹੈ ਜੀ। ਕੌਫੀ ਦੀ ਉਤਪਤੀ ਜਾਂ ਜਨਮ ਕਿਹੜੇ ਮਹਾਂਦੀਪ ਤੋਂ ਮੰਨਿਆ ਜਾਂਦਾ ਹੈ? ਇਹ ਮੰਨਿਆ ਜਾਂਦਾ ਜੀ ਅਫਰੀਕਾ ਤੋਂ। ਕਿਹੜੇ ਦੇਸ਼ ਦੀ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ? ਉਹ ਹੈ ਜੀ ਮਿਸਰ ਦੇਸ਼, ਜੋ ਸਭ ਤੋਂ ਲੰਬੇ ਰੇਸ਼ੇ ਵਾਲੀ ਕਪਾਹ ਹੁੰਦੀ ਹੈ ਅਤੇ ਸੰਸਾਰ ਵਿੱਚ ਸਭ ਤੋਂ ਪ੍ਰਸਿੱਧ ਹੈ। ਅਸਾਮ ਪ੍ਰਾਂਤ ਭਾਰਤ ਦੀ ਕਿੰਨੇ ਪ੍ਰਤੀਸ਼ਤ ਚਾਹ ਪੈਦਾ ਕਰਦਾ ਹੈ? ਇਹ ਕਰਦਾ ਜੀ 51%। ਕੌਫੀ ਵਿੱਚ ਪਾਏ ਜਾਣ ਵਾਲੇ ਨਸ਼ੇ ਵਾਲੇ ਤੱਤ ਦਾ ਨਾਮ? ਉਹ ਜੀ ਕੋਫੀਨ, ਜੋ ਕੌਫੀ ਵਿੱਚ ਹੁੰਦਾ ਹੈ ਨਸ਼ੇ ਵਾਲਾ ਤੱਤ। ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ? ਇਹ ਹੈ ਜੀ ਕਪੂਰਥਲੇ। ਆਰਥਿਕ ਵਿਕਾਸ ਦਾ ਇੰਜਨ ਕਿਸ ਨੂੰ ਕਹਿੰਦੇ ਹਨ? ਕਹਿੰਦੇ ਨੇ ਜੀ ਉਦਯੋਗਾਂ ਨੂੰ। ਕਪੂਰਥਲੇ ਵਿੱਚ ਹੈ ਜੀ ਜੋ ਵੈਕੈਂਸੀਆਂ ਵੀ ਆਈਆਂ ਨੇ ਮਨਰੇਗਾ ਸਕੀਮ ਅਧੀਨ ਨੇ, ਜੋ ਠੇਕੇ ਉੱਪਰ ਰੱਖਣੇ ਨੇ। ਅਸੀਂ ਵੀਡੀਓ ਪ੍ਰੋਵਾਈਡ ਕੀਤੀ ਸੀ ਇਹਦੇ ਵਿੱਚ, ਤੁਸੀਂ ਭਰ ਸਕਦੇ ਹੋ, ਕਪੂਰਥਲੇ ਜ਼ਿਲ੍ਹੇ ਵਿੱਚ ਹੀ ਨੇ। ਅਗਲਾ ਪ੍ਰਸ਼ਨ ਹੈ, ਆਰਥਿਕ ਵਿਕਾਸ ਦਾ ਇੰਜਨ ਕਿਸ ਨੂੰ ਕਹਿੰਦੇ ਹਨ? ਉਹ ਕਹਿੰਦੇ ਹਨ ਜੀ ਉਦਯੋਗਾਂ ਨੂੰ। ਸੂਤੀ ਕੱਪੜਾ ਉਦਯੋਗ ਲਈ ਕਿਸ ਤਰ੍ਹਾਂ ਦਾ ਮੌਸਮ ਠੀਕ ਰਹਿੰਦਾ ਹੈ? ਸਿੱਲਾ ਮੌਸਮ। ਭਾਰਤ ਵਿੱਚ ਸਰਕਾਰੀ ਖੇਤਰ ਦੇ ਕਿਸੇ ਦੋ ਉਦਯੋਗਾਂ ਦੇ ਨਾਂ ਦੱਸੋ? ਭਾਰਤ ਹੈਵੀ ਇਲੈਕਟ੍ਰੀਕਲਸ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ। ਉਦਯੋਗ ਦਾ ਅੰਗਰੇਜ਼ੀ ਸ਼ਬਦ? ਉਹ ਹੈ ਜੀ ਇੰਡਸਟਰੀ। ਕੱਪੜਾ, ਚਾਹ ਅਤੇ ਖੰਡ ਕਿਸ 'ਤੇ ਆਧਾਰਿਤ ਉਦਯੋਗ ਹਨ? ਉਹ ਜੀ ਖੇਤੀ ਆਧਾਰਿਤ। ਕੱਚੇ ਮਾਲ ਲਈ ਜਾਨਵਰਾਂ 'ਤੇ ਆਧਾਰਿਤ ਉਦਯੋਗਾਂ ਦੇ ਨਾਮ? ਡੇਅਰੀ ਉਦਯੋਗ, ਚਮੜਾ ਉਦਯੋਗ, ਕੱਪੜਾ ਉਦਯੋਗ, ਉੱਨ ਅਤੇ ਰੇਸ਼ਮ। ਸਰਕਾਰ ਜਾਂ ਇਸ ਦੀਆਂ ਏਜੰਸੀਆਂ ਦੁਆਰਾ ਲਗਾਏ ਗਏ ਉਦਯੋਗਾਂ ਨੂੰ ਕਿਹੜੇ ਉਦਯੋਗ ਦਾ ਨਾਮ ਦਿੱਤਾ ਜਾਂਦਾ ਹੈ? ਦਿੱਤਾ ਜਾਂਦਾ ਹੈ ਸਰਕਾਰੀ ਉਦਯੋਗ ਦਾ ਨਾਮ। ਅਗਲੇ ਪ੍ਰਸ਼ਨ ਨੇ, ਭਾਰਤ ਵਿੱਚ ਹਵਾਈ ਜਹਾਜ਼ ਬਣਾਉਣ ਦਾ ਇੱਕ ਮੁੱਖ ਕੇਂਦਰ ਦੱਸੋ? ਇਹ 3 ਦਿੱਤੇ ਹੋਏ ਨੇ ਜੀ, ਬੰਗਲੌਰ, ਲਖਨਊ ਅਤੇ ਕਾਨਪੁਰ, ਜੋ ਹਵਾਈ ਜਹਾਜ਼ ਬਣਾਉਣ ਦੇ ਕੇਂਦਰ ਨੇ। ਅਗਲਾ ਪ੍ਰਸ਼ਨ ਹੈ, ਜਿਹੜੇ ਉਦਯੋਗਾਂ ਵਿੱਚ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪੂੰਜੀ ਦੀ ਲਾਗਤ 5 ਕਰੋੜ ਤੋਂ ਵਧੇਰੇ ਹੁੰਦੀ ਹੈ, ਉਹਨਾਂ ਨੂੰ ਕਿਹੜੇ ਉਦਯੋਗ ਵਿੱਚ ਜਾਂ ਕਿਹੜੇ ਉਦਯੋਗ ਕਹਿੰਦੇ ਹਨ? ਉਹ ਨੇ ਜੀ ਵੱਡੇ ਪੈਮਾਨੇ ਦੇ ਉਦਯੋਗ। ਭਾਰਤ ਦੀ ਸਿਲੀਕਾਨ ਘਾਟੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਜੀ ਬੰਗਲੌਰ ਨੂੰ। ਕੰਪਿਊਟਰ ਦਾ ਨਿਰਮਾਣ ਕਿਸ ਦੇਸ਼ ਤੋਂ ਸ਼ੁਰੂ ਹੋਇਆ? USA ਤੋਂ, ਯੂਨਾਈਟਿਡ ਸਟੇਟ ਅਮੈਰੀਕਾ।
ਕੋਲਾ ਵੀ ਇੱਥੇ ਹੈ USA ਤੋਂ। ਅਗਲਾ ਕੁਐਸਚਨ ਹੈ, ਲੋਹਾ ਇਸਪਾਤ ਉਦਯੋਗ ਦਾ ਚੰਗਾ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਦੁਆਰਾ ਕਿਹੜੀ ਸੰਸਥਾ ਦੀ ਸਥਾਪਨਾ ਕੀਤੀ ਗਈ? ਉਹ ਹੈ ਜੀ ਸਟੀਲ ਅਥਾਰਟੀ ਆਫ ਇੰਡੀਆ, CL। ਅਗਲਾ ਪ੍ਰਸ਼ਨ ਹੈ, ਟਾਟਾ ਆਇਰਨ ਐਂਡ ਸਟੀਲ ਕੰਪਨੀ ਟੀਸਚੋ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਉਹ ਸੀ ਜੀ ਜਮਸ਼ੇਦ ਜੀ ਟਾਟਾ ਦੁਆਰਾ, ਜੋ ਟਾਟਾ ਆਇਰਨ ਐਂਡ ਸਟੀਲ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ। ਅਮੀਰਾਂ ਦੀ ਪੋਸ਼ਾਕ ਕਿਸ ਕੱਪੜੇ ਨੂੰ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਜੀ ਰੇਸ਼ਮੀ ਕੱਪੜੇ ਨੂੰ। ਅਹਿਮਦਾਬਾਦ ਭਾਰਤ ਦਾ ਸੂਤੀ ਕੱਪੜੇ ਦਾ ਮੁੱਖ ਉਦਯੋਗਿਕ ਕੇਂਦਰ ਭਾਰਤ ਦੇ ਕਿਸ ਪ੍ਰਾਂਤ ਵਿੱਚ ਸਥਿਤ ਹੈ? ਉਹ ਹੈ ਜੀ ਗੁਜਰਾਤ ਵਿੱਚ। ਜਪਾਨ ਦਾ ਓਸਾਕਾ ਸ਼ਹਿਰ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ? ਉਹ ਹੈ ਜੀ ਕੱਪੜੇ ਲਈ। ਪੰਜਾਬ ਦੇ ਕਿਸੇ ਦੋ ਸੂਤੀ ਕੱਪੜਾ ਉਦਯੋਗਾਂ ਦੇ ਸ਼ਹਿਰਾਂ ਦੇ ਨਾਮ, ਅੰਮ੍ਰਿਤਸਰ ਅਤੇ ਲੁਧਿਆਣਾ, ਜੋ ਪੰਜਾਬ ਦੇ ਦੋ ਸ਼ਹਿਰ ਨੇ, ਸੂਤੀ ਕੱਪੜਾਂ ਦੇ ਉਦਯੋਗ ਦੇ ਸ਼ਹਿਰ ਵੀ ਨੇ ਇਹ, ਕਹੇ ਜਾਂਦੇ ਨੇ ਅਕਸਰ ਅੰਮ੍ਰਿਤਸਰ ਅਤੇ ਲੁਧਿਆਣਾ। ਸਿਲੀਕਾਨ ਘਾਟੀ ਕਿਹੜੇ ਦੇਸ਼ ਵਿੱਚ ਸਥਿਤ ਹੈ? ਉਹ ਹੈ ਜੀ USA ਵਿੱਚ। USA ਨਾਲ ਰਿਲੇਟਡ ਬਹੁਤ ਕੁਐਸਚਨ ਨੇ, ਸਿਲੀਕਾਨ ਘਾਟੀ ਵੀ ਆ ਗਈ, ਕੋਲਾ ਉਤਪਾਦਨ ਵੀ ਆ ਗਿਆ, ਇਸ ਤੋਂ ਵਗੈਰਾ ਹੋਰ ਕੁਐਸਚਨ ਵੀ ਆਏ ਸੀ ਉੱਪਰ। ਅਗਲਾ ਕੁਐਸਚਨ ਹੈ, ਸੂਚਨਾ ਉਦਯੋਗ ਵਿੱਚ ਤਿਆਰ ਹੋਣ ਵਾਲੇ ਮੁੱਖ ਯੰਤਰਾਂ ਦੇ ਨਾਮ, ਰੇਡੀਓ, ਟੈਲੀਵਿਜ਼ਨ, ਮੋਬਾਈਲ ਫੋਨ, ਕੰਪਿਊਟਰ, ਜੋ ਸੂਚਨਾ ਉਦਯੋਗ ਨੇ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ, ਇਹ ਯੰਤਰ ਨੇ ਸੂਚਨਾ ਉਦਯੋਗ ਵਿੱਚ ਤਿਆਰ ਹੋਣ ਵਾਲੇ, ਰੇਡੀਓ, ਟੈਲੀਵਿਜ਼ਨ, ਮੋਬਾਈਲ ਫੋਨ ਅਤੇ ਕੰਪਿਊਟਰ। ਸੋ ਦੋਸਤੋ, ਇਹ ਅੱਜ ਦੇ ਅਗਲੇ ਪਾਰਟ ਦੇ ਅਗਲੇ ਪ੍ਰਸ਼ਨ ਸੀ, ਵੀਡੀਓ ਚੰਗੀ ਲੱਗੇ ਅੱਗੇ ਵੀ ਤੁਸੀਂ ਸ਼ੇਅਰ ਕਰ ਦਿਆ ਕਰੋ। ਧੰਨਵਾਦ ਜੀ।